Subscribe now and press the bell icon and never miss an update from Oops TV. ਵਰਸ਼ਾਂ ਤੋਂ ਵਰਸ਼ਾਂ ਤੱਕ ਦਾ ਸਫ਼ਰ ਤਾਂ ਕਈ ਵੱਡੇ ਸੈਲੀਬ੍ਰਿਟੀਜ਼ ਤੈਅ ਕਰ ਚੁੱਕੇ ਨੇ, ਮਗਰ ਉਸਦੇ ਪਿੱਛੇ ਉਹਨਾਂ ਦੀ ਸਾਲਾਂ ਦੀ ਮਿਹਨਤ ਤੇ ਸਟਰਗਲ ਛਿਪੀ ਹੈ। ਅੱਜ ਕੱਲ੍ਹ ਇੱਕ ਮਹਿਲਾ ਦੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਰਾਤੋ ਰਾਤ ਸਟਾਰ ਬਣ ਚੁੱਕੀ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰਾਨੂ ਮੋਂਡਲ ਦੀ, ਜਿਨ੍ਹਾਂ ਦੀ ਸਿੰਗਿੰਗ ਨੇ ਉਹਨਾਂ ਨੂੰ ਰੇਲਵੇ ਸਟੇਸ਼ਨ ਤੋਂ ਸਟੂਡੀਓ ਤੱਕ ਪਹੁੰਚਾ ਦਿੱਤਾ ਹੈ। ਇੱਕ ਪਿਆਰ ਕਾ ਨਗਮਾ ਹੈ ਮੌਜੂ ਕੀ ਰਵਾਨੀ ਹੈ, ਜ਼ਿੰਦਗੀ ਔਰ ਕੁਛ ਵੀ ਨਹੀਂ ਤੇਰੇ ਮੇਰੀ ਕਹਾਣੀ। ਤਾਂ ਫਿਰ ਚਲੋ ਅੱਜ ਤੁਹਾਡੇ ਨਾਲ ਰਾਨੂ ਮੋਂਡਲ ਦੀ ਲਾਈਫ ਦੇ ਨਾਲ ਜੁੜੀਆਂ ਕੁਝ ਗੱਲਾਂ ਸ਼ੇਅਰ ਕਰਦੇ ਹਾਂ। ਦੋਸਤੋ, ਰਾਨੂ ਮੋਂਡਲ ਦਾ ਜਨਮ 5 ਨਵੰਬਰ 1960 ਵਿੱਚ ਪੱਛਮ ਬੰਗਾਲ ਦੇ ਰਾਣਾਘਾਟ ਨਾਮ ਦੇ ਇੱਕ ਸ਼ਹਿਰ ਵਿੱਚ ਇੱਕ ਕ੍ਰਿਸਚੀਅਨ ਫੈਮਿਲੀ ਵਿਖੇ ਹੋਇਆ। ਘਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਰਕੇ ਉਹਨਾਂ ਦਾ ਬਚਪਨ ਬੜਾ ਕਠਿਨ ਰਿਹਾ। ਇਸੀ ਵਜ੍ਹਾ ਦੇ ਨਾਲ ਉਹਨਾਂ ਦੀ ਪੜ੍ਹਾਈ ਲਿਖਾਈ ਵੀ ਢੰਗ ਦੇ ਨਾਲ ਨਹੀਂ ਹੋ ਪਾਈ ਤੇ ਛੋਟੀ ਉਮਰ ਵਿੱਚ ਹੀ ਉਹਨਾਂ ਦਾ ਵਿਆਹ ਬਾਬੁਲ ਮੋਂਡਲ ਦੇ ਨਾਲ ਹੋਇਆ ਤੇ ਸਿੰਗਰ ਬਣਨ ਦਾ ਉਹਨਾਂ ਦਾ ਸੁਪਨਾ ਦੱਬਿਆ ਹੀ ਰਹਿ ਗਿਆ। ਬਾਬੁਲ ਮੋਂਡਲ ਬੰਬੇ ਰਹਿੰਦੇ ਸਨ ਤੇ ਬਾਲੀਵੁੱਡ ਐਕਟਰ ਫਿਰੋਜ਼ ਖਾਨ ਦੇ ਲਈ ਕੰਮ ਕਰਦੇ ਸਨ। ਰਾਨੂ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ਸਭ ਠੀਕ ਚੱਲ ਰਿਹਾ ਸੀ ਤੇ ਉਹਨਾਂ ਨੂੰ ਲੱਗਿਆ ਕਿ ਹੁਣ ਲਾਈਫ ਥੋੜੀ ਆਸਾਨ ਹੋ ਜਾਏਗੀ, ਪਰ ਸ਼ਾਇਦ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ। ਰਾਨੂ ਦੇ ਪਤੀ ਦਾ ਦੇਹਾਂਤ ਹੋ ਗਿਆ। ਰਾਨੂ ਕੋਲ ਰਹਿਣ ਦੇ ਲਈ ਘਰ ਵੀ ਨਹੀਂ ਸੀ ਤੇ ਨਾ ਹੀ ਪੈਸੇ ਕਮਾਉਣ ਦਾ ਕੋਈ ਸਾਧਨ। ਉਹਨਾਂ ਨੇ ਆਪਣਾ ਤੇ ਆਪਣੀ ਕੁੜੀ ਦਾ ਪੇਟ ਪਾਲਣ ਦੇ ਲਈ ਬੰਗਾਲ ਦੇ ਰੇਲਵੇ ਸਟੇਸ਼ਨ ਦੇ ਗਾਣਾ ਸ਼ੁਰੂ ਕਰ ਦਿੱਤਾ। ਫਿਰ ਇੱਕ ਦਿਨ ਅੰਤੇਰਾ ਚੱਕਰਵਰਤੀ ਨਾਮ ਦੇ ਇੱਕ ਲੜਕੇ ਨੇ ਉਹਨਾਂ ਦਾ ਗਾਣਾ ਸੁਣਿਆ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ। ਲਤਾ ਮੰਗੇਸ਼ਕਰ ਜੀ ਦਾ ਗਾਣਾ ਇੱਕ ਪਿਆਰ ਕਾ ਨਗਮਾ ਗਾਉਂਦੇ ਹੋਏ ਰਾਨੂ ਦੀ ਇਹ ਵੀਡੀਓ ਇੰਨੀ ਛੇਤੀ ਸੋਸ਼ਲ ਮੀਡੀਆ ਤੇ ਫੈਲੀ ਕਿ ਰਾਨੂ ਰਾਤੋ ਰਾਤ ਇੰਟਰਨੈਟ ਸਟਾਰ ਬਣ ਗਈ। ਇਹ ਵੀਡੀਓ ਜਲਦ ਹੀ ਹਿਮੇਸ਼ ਰੇਸ਼ਮੀਆ ਤੱਕ ਪਹੁੰਚਿਆ ਤਾਂ ਉਹਨਾਂ ਨੇ ਰਾਨੂ ਦੇ ਨਾਲ ਆਪਣੀ ਅਪਕਮਿੰਗ ਫਿਲਮ ਹੈਪੀ ਹਾਜੀ ਐਂਡ ਹੀਰ ਵਿੱਚ ਤੇਰੀ ਮੇਰੀ ਕਹਾਣੀ ਨਾਮ ਦੇ ਇੱਕ ਗਾਣੇ ਨੂੰ ਰਿਕਾਰਡ ਕੀਤਾ। ਰਾਨੂ ਹੁਣ ਬੰਗਾਲ ਛੱਡ ਆਪਣੀ ਬੇਟੀ ਦੇ ਨਾਲ ਮੁੰਬਈ ਵਿੱਚ ਬਸ ਗਈ ਹੈ ਤੇ ਇੱਕ ਨਵਾਂ ਸੁਖੀ ਜੀਵਨ ਜੀ ਰਹੀ ਹੈ। ਫਿਲਹਾਲ ਲਈ ਬਸ ਇੰਨਾ ਹੀ। ਇਸ ਤਰ੍ਹਾਂ ਦੀਆਂ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਉਪਸ ਟੀਵੀ।